ਕੈਂਪੇਨ ਟ੍ਰੇਲ ਦੇ ਤਹਿਤ ਅੱਜ ਲੁਧਿਆਣਾ ਦੇ ਵਿੱਚ ਪਹੁੰਚੇ ਹੋਏ ਹਾਂ, ਜਿੱਥੇ ਵੱਖ-ਵੱਖ ਪਾਰਟੀਆਂ ਦੇ ਵਿੱਚ ਵਸਵਾਂ ਮੁਕਾਬਲਾ ਦੇਖਣ ਨੂੰ ਮਿਲ ਰਿਹਾ। ਆਮ ਆਦਮੀ ਪਾਰਟੀ ਤੋਂ ਅਸ਼ੋਕ ਪੱਪੀ ਪ੍ਰੈਸ਼ਰ ਚੋਣ ਮੈਦਾਨ ਦੇ ਵਿੱਚ ਨੇ, ਭਾਜਪਾ ਤੋਂ ਰਵਨੀਤ ਸਿੰਘ ਬਿੱਟੂ ਚੋਣ ਮੈਦਾਨ ਦੇ ਵਿੱਚ ਨੇ, ਅਤੇ ਉੱਥੇ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਲੁਧਿਆਣਾ ਤੋਂ ਉਮੀਦਵਾਰ ਦੇ ਵਜੋਂ ਚੋਣ ਮੈਦਾਨ ਦੇ ਵਿੱਚ ਨੇ। ਇਹ ਅੱਜ ਅਮਰਿੰਦਰ ਸਿੰਘ ਰਾਜਾ ਵੜਿੰਗ ਹੋਰਾਂ ਦਾ ਕੰਪੇਨ ਟ੍ਰੇਲ ਦੇ ਤਹਿਤ ਪੂਰਾ ਦਿਨ ਭਰ ਦਾ ਸਫ਼ਰ ਦਿਖਾਵਾਂਗੇ, ਕਿਸ ਤਰੀਕੇ ਦੇ ਨਾਲ ਸਵੇਰ ਤੋਂ ਚੋਣ ਪ੍ਰਚਾਰ ਸ਼ੁਰੂ ਹੁੰਦਾ ਅਤੇ ਆਖਰੀ ਦਮ ਤੱਕ ਰਾਤ ਤੱਕ ਜਾ ਕੇ ਚੋਣ ਪ੍ਰਚਾਰ ਸਮਾਪਤ ਹੁੰਦਾ ਹੈ। ਜਿਸ ਹਿਸਾਬ ਦੇ ਨਾਲ ਚੋਣਾਂ ਦੀ ਤਰੀਕ ਨਜ਼ਦੀਕ ਆ ਰਹੀ ਹੈ, ਉਸ ਹਿਸਾਬ ਨਾਲ ਜੋ ਚੋਣ ਪ੍ਰਚਾਰ ਆ ਉਹ ਵੀ ਲਗਾਤਾਰ ਆਪਣੀ ਰਫ਼ਤਾਰ ਫੜਦਾ ਹੋਇਆ ਦਿਖਾਈ ਦੇ ਰਿਹਾ। ਤਾਂ ਚੱਲਦੇ ਹਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਹੋਰਾਂ ਦੇ ਕੋਲ। ਇਸ ਸਮੇਂ ਅਮਰਿੰਦਰ ਸਿੰਘ ਰਾਜਾ ਵੜਿੰਗ ਹੋਰਾਂ ਦੇ ਲੁਧਿਆਣਾ ਰਹਾਇਸ਼ 'ਤੇ ਪਹੁੰਚ ਚੁੱਕੇ ਹਾਂ, ਜਿੱਥੇ ਕਿ ਅਸਲ ਦੇ ਚੋਣ ਪ੍ਰਚਾਰ ਦੀ ਸਵੇਰ ਦੇ ਸਮੇਂ ਸ਼ੁਰੂਆਤ ਹੁੰਦੀ ਹੈ। ਸਵੇਰੇ 8 ਵਜੇ ਤੋਂ ਲਗਾਤਾਰ ਕਿਸ ਦੇ ਚੋਣ ਪ੍ਰਚਾਰ ਹੈ ਸ਼ੁਰੂ ਹੋ ਜਾਂਦਾ। ਹਾਲਾਂਕਿ ਸਵੇਰ ਦੇ ਸਮੇਂ ਅਮਰਿੰਦਰ ਸਿੰਘ ਰਾਜਾ ਵੜਿੰਗ ਜਦੋਂ ਸੈਰ ਕਰਨ ਜਾਂਦੇ ਨੇ ਉਸ ਸਮੇਂ ਵੀ ਆਪਣਾ ਜਿਹੜਾ ਚੋਣ ਪ੍ਰਚਾਰ ਲਗਾਤਾਰ ਉਹਨਾਂ ਦਾ ਜਾਰੀ ਰਹਿੰਦਾ, ਅਤੇ ਉਸ ਤੋਂ ਬਾਅਦ ਘਰ ਦੇ ਵਿੱਚ ਜੋ ਮੀਟਿੰਗਾਂ ਸ਼ਡਿਊਲ ਕੀਤੀਆਂ ਜਾਂਦੀਆਂ ਨੇ ਉਹ ਮੀਟਿੰਗਾਂ ਉਹਨਾਂ ਵੱਲੋਂ ਤੈਅ ਸਮੇਂ ਦੇ ਵਿੱਚ ਕੀਤੀਆਂ ਜਾਂਦੀਆਂ ਨੇ। ਇਹ ਤੁਹਾਨੂੰ ਦਿਖਾਵਾਂਗੇ ਅਮਰਿੰਦਰ ਸਿੰਘ ਰਾਜਾ ਵੜਿੰਗ ਹੋਰਾਂ ਦੀ ਰਿਹਾਇਸ਼ 'ਤੇ ਜਿਹੜੀ ਕਿ ਪਹਿਲੀ ਮੀਟਿੰਗ ਹੈ ਉਹ ਸ਼ੁਰੂ ਹੋ ਚੁੱਕੀ ਹੈ। ਖਾਸ ਤੌਰ 'ਤੇ ਕਹਿ ਸਕਦੇ ਕਿ ਲਗਾਤਾਰ ਇਹਨਾਂ ਮੀਟਿੰਗਾਂ ਦੇ ਵਿੱਚ ਜਿੱਥੇ ਇਹ ਵੱਖ ਵੱਖ ਨੁਮਾਇੰਦੇ ਨੇ ਜਿਹੜੇ ਕਿ ਸੰਗਠਨਾਂ ਦੇ ਨੁਮਾਇੰਦੇ ਆਉਂਦੇ ਨੇ, ਉਹਨਾਂ ਨੁਮਾਇੰਦਿਆਂ ਦੇ ਨਾਲ ਮੀਟਿੰਗ ਕੀਤੀ ਜਾਂਦੀ ਹੈ। ਆਪਣਾ ਏਜੰਡਾ ਉਹ ਖਾਸ ਤੌਰ 'ਤੇ ਕਹਿ ਸਕਦੇ ਆ ਅਮਰਿੰਦਰ ਸਿੰਘ ਰਾਜਾ ਵੜਿੰਗ ਹੋਰਾਂ ਵੱਲੋਂ ਦੱਸਿਆ ਜਾਂਦਾ, ਅਤੇ ਉਸ ਤੋਂ ਬਾਅਦ ਹਲਕੇ ਦੇ ਵਿੱਚ ਜੋ ਪ੍ਰੋਗਰਾਮ ਸ਼ਡਿਊਲ ਕੀਤੇ ਜਾਂਦੇ ਨੇ ਉਹ ਪ੍ਰੋਗਰਾਮਾਂ ਦੇ ਰਾਹੀਂ ਅਮਰਿੰਦਰ ਸਿੰਘ ਰਾਜਾ ਵੜਿੰਗ ਹੋਰਾਂ ਵੱਲੋਂ ਆਪਣਾ ਚੋਣ ਪ੍ਰਚਾਰ ਕੀਤਾ ਜਾਂਦਾ। ਇਸ ਸਮੇਂ ਜੋ ਪਾਸਟਰ ਭਾਈਚਾਰਾ ਉਸ ਦੇ ਨਾਲ ਮੀਟਿੰਗ ਅਮਰਿੰਦਰ ਸਿੰਘ ਰਾਜਾ ਵੜਿੰਗ ਹੋਰਾਂ ਵੱਲੋਂ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਵੱਖ ਵੱਖ ਜਿਹੜੇ ਪ੍ਰੋਗਰਾਮ ਹੋਣਗੇ, ਜਿਨ੍ਹਾਂ ਪ੍ਰੋਗਰਾਮਾਂ ਦੇ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ ਸ਼ਾਮਲ ਹੋਣਗੇ, ਆਪਣਾ ਚੋਣ ਪ੍ਰਚਾਰ ਕਰਨਗੇ। ਲੁਧਿਆਣਾ ਲੋਕ ਸਭਾ ਸੀਟ ਨੂੰ ਲੈ ਕੇ ਜੋ ਆਪਣੇ ਏਜੰਡੇ ਨੇ ਉਹ ਏਜੰਡੇ ਲੋਕਾਂ ਦੇ ਵਿੱਚ ਲੈ ਕੇ ਜਾਣ। ਅਮਰਿੰਦਰ ਸਿੰਘ ਰਾਜਾ ਵੜਿੰਗ ਚੋਣ ਪ੍ਰਚਾਰ ਦੇ ਲਈ ਘਰੋਂ ਚੱਲ ਪਏ ਨੇ, ਰੁਟੀਨ ਜੋ ਰਹਿੰਦਾ ਗੱਲਬਾਤ ਕਰਾਂਗੇ ਵੜਿੰਗ ਸਾਹਿਬ ਜੀ। ਮੀਡੀਆ ਦਾ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਮਿਹਰਬਾਨੀ। ਕਿਵੇਂ ਦੀ ਚੱਲ ਰਹੀ ਹੈ ਚੋਣ ਕੰਪੇਨ? ਬਾਬਾ ਜੀ ਦੀ ਕਿਰਪਾ ਜੀ। ਬ੍ਰੇਕਫਾਸਟ ਮੈਂ ਦੇਖ ਰਿਹਾ ਹੱਥ ਦੇ ਵਿੱਚ ਰੱਖ ਕੇ। ਉਹ ਨਹੀਂ, ਅੱਗੇ ਤਾਂ ਪਲੇਟ 'ਚ ਹੀ ਖਾਈਦਾ, ਅੱਜ ਕਾਹਲੀ ਸੀ, ਬਹੁਤ ਸਾਰੇ ਲੋਕ ਮਿਲਣ ਵਾਸਤੇ ਆਏ ਸੀ, ਇਸ ਕਰਕੇ ਤਰੀਕੇ ਨਾਲ ਬੈਠ ਕੇ ਖਾ ਨਹੀਂ ਸਕੀ, ਅੱਗੇ ਤਾਂ ਰੋਜ਼ ਪਲੇਟ ਨਾਲ ਬੈਠ ਕੇ ਖਾਈ। ਹੁਣ ਅੱਜ ਦਾ ਕੀ ਪ੍ਰੋਗਰਾਮ ਰਹਿਣ ਵਾਲਾ ਹੈ, ਕਿਹੜੇ ਕਿਹੜੇ ਹਲਕੇ ਦੇ ਵਿੱਚ ਜਾਣਾ, ਕਿੱਥੇ ਕਿੱਥੇ ਮੀਟਿੰਗਾਂ ਵਗੈਰਾ ਹੋਣਗੀਆਂ? ਮੈਂ ਦਾਖਾ ਹਲਕੇ ਦੇ ਲਤਾਵਾ ਪਿੰਡ 'ਚ ਜਾ ਰਿਹਾ, ਉਸ ਤੋਂ ਬਾਅਦ ਮੈਂ ਸ਼ਹਿਰ 'ਚ ਹਾਂ, ਮੇਰੀਆਂ ਵੱਖ ਵੱਖ ਥਾਵਾਂ 'ਤੇ ਮੀਟਿੰਗਸ ਹੈਗੀਆਂ। ਤਾਂ ਅੱਜ ਪੂਰਾ ਦਿਨ ਤੁਹਾਡੇ ਨਾਲ ਰਹਿੰਦੇ, ਦੇਖਦੇ ਹਾਂ ਤੁਹਾਡੀ ਕੰਪੇਨ ਕਿਵੇਂ ਦੀ ਚੱਲਦੀ। ਅੱਜ ਪੂਰਾ ਦਿਨ ਤੁਹਾਨੂੰ ਅਸੀਂ ਆਪਦੇ ਨਾਲ ਰੱਖਦੇ ਹਾਂ ਔਰ ਦਿਖਾਵਾਂਗੇ ਕੰਪੇਨ ਕਿੱਦਾਂ ਚੱਲਦੀ। ਠੀਕ ਹੈ, ਬਿਲਕੁਲ। ਖਾਸ ਤੌਰ 'ਤੇ ਕੰਪੇਨ ਕਹਿ ਸਕਦੇ ਹਾਂ ਸ਼ੁਰੂ ਹੋ ਚੁੱਕੀ ਹੈ। ਸਵੇਰ ਦੇ ਸਮੇਂ ਜਿਹੜੇ ਵਰਕਰ ਨੇ ਘਰੇ ਮਿਲਣ ਆਉਂਦੇ ਨੇ ਉਹਨਾਂ ਦੇ ਨਾਲ ਮੀਟਿੰਗਾਂ ਹੋਈਆਂ, ਜੋ ਕਹਿ ਸਕਦੇ ਮੀਟਿੰਗਾਂ ਹੋਣ ਤੋਂ ਬਾਅਦ ਹੁਣ ਹਲਕੇ ਦੇ ਵਿੱਚ ਵਿਚਰਿਆ ਜਾਵੇਗਾ ਅਤੇ ਘਰ ਤੋਂ ਜਿਹੜੀ ਇਹ ਕੰਪੇਨ ਸ਼ੁਰੂ ਹੁੰਦੀ ਹੈ। ਤਾਂ ਚੱਲਦੇ ਹਾਂ, ਅੱਜ ਪੂਰਾ ਦਿਨ ਰਹਿੰਦੇ ਹਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਹੋਰਾਂ ਦੇ ਨਾਲ।
ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਜੋ ਕਿਸਾ ਦੇ ਵੱਖ ਵੱਖ ਪ੍ਰੋਗਰਾਮ ਨੇ ਪ੍ਰਚਾਰ ਦੇ ਅਤੇ ਤੀਸਰੇ ਪ੍ਰੋਗਰਾਮ ਦੀ ਇਸ ਸਮੇਂ ਸ਼ੁਰੂਆਤ ਹੋ ਚੁੱਕੀ ਹੈ। ਘਰ ਦੇ ਵਿੱਚ ਵਰਕਰਾਂ ਦੇ ਨਾਲ ਮੀਟਿੰਗਾਂ ਕਰਨ ਤੋਂ ਬਾਅਦ ਲੋਕਲ ਚੋਣ ਪ੍ਰਚਾਰ ਕਰਨ ਤੋਂ ਬਾਅਦ ਹੁਣ ਹਲਕੇ ਦੇ ਵਿੱਚ ਜੋ ਕਿਸਾ ਦੇ ਆ ਹਲਕਾ ਦਾਖਾ ਦੇ ਵਿੱਚ ਵਿਧਾਨ ਸਭਾ ਹਲਕਾ ਦਾਖਾ ਦੇ ਵਿੱਚ ਜਾ ਕੇ ਇਹ ਪਿੰਡਾਂ ਦਾ ਇਕੱਠ ਰੱਖਿਆ ਗਿਆ। ਲਤਾਲਾ ਪਿੰਡ ਦੇ ਵਿੱਚ ਇਸ ਸਮੇਂ ਮੌਜੂਦ ਹੋ, ਤੁਸੀਂ ਸਟੇਜ 'ਤੇ ਤਸਵੀਰਾਂ ਦੇਖ ਸਕਦੇ ਹੋ, ਉਹ ਜਿੱਥੇ ਅਮਰਿੰਦਰ ਸਿੰਘ ਰਾਜਾ ਵੜਿੰਗ ਖੁਦ ਜਿਹੜੇ ਕਿ ਸਟੇਜ 'ਤੇ ਮੌਜੂਦ ਹਨ, ਜਿਨ੍ਹਾਂ ਵੱਲੋਂ ਉਹ ਕੁਝ ਪਿੰਡਾਂ ਦਾ ਜਿਹੜਾ ਇਕੱਠ ਇੱਥੇ ਵਰਕਰ ਮਿਲਣੀ ਦੇ ਤੌਰ 'ਤੇ ਰੱਖਿਆ ਗਿਆ ਸੀਗਾ, ਜਿਸਦੇ ਵਿੱਚ ਵਰਕਰਾਂ ਦੇ ਨਾਲ ਮੀਟਿੰਗ ਕੀਤੀ ਜਾ ਰਹੀ ਆ, ਆਪਣਾ ਏਜੰਡਾ ਲੋਕਾਂ ਨੂੰ ਦੱਸਿਆ ਜਾ ਰਿਹਾ। ਉੱਥੇ ਹੀ ਖਾਸ ਤੌਰ 'ਤੇ ਜੋ ਨਿਆਂ ਪੱਤਰ ਹਨ, ਜਿਸ ਨੂੰ ਏਜੰਡਾ ਵੀ ਕਹਿ ਸਕਦੇ ਕਿ ਜੇਕਰ ਸਰਕਾਰ ਆਉਂਦੀ ਜਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਜਿੱਤੇ ਨੇ ਤਾਂ ਕਿਹੜੇ ਮਸਲੇ ਨੇ ਜਿਹੜੇ ਪਹਿਲ ਦੇ ਆਧਾਰ 'ਤੇ ਹੱਲ ਹੋਣਗੇ, ਉਹਨਾਂ ਚੀਜ਼ਾਂ ਨੂੰ ਲੈ ਕੇ ਜਿਹੜਾ ਕਿ ਲੋਕਾਂ ਦੇ ਵਿੱਚ ਵਿਚਰਿਆ ਜਾ ਰਿਹਾ। ਤਾਂ ਖਾਸ ਤੌਰ 'ਤੇ ਕਹਿ ਸਕਦੇ ਕਿ ਸਵੇਰ ਦੇ ਸਮੇਂ ਜਿਹੜੇ ਕਿ ਪੂਰਾ ਚੋਣ ਪ੍ਰਚਾਰ ਕੰਪੇਨ ਸ਼ੁਰੂ ਹੋ ਜਾਂਦੀ ਹੈ। ਇਹ ਸਭ ਤੋਂ ਪਹਿਲਾਂ ਸਵੇਰੇ ਕਿਸੇ ਦੇ ਪਾਰਕ ਦੇ ਵਿੱਚ ਸੈਰ ਕੀਤੀ ਜਾਂਦੀ ਤਾਂ ਉਸ ਸਮੇਂ ਵੀ ਕੁਝ ਲੋਕਾਂ ਦੇ ਨਾਲ ਮਿਲਣੀ ਕੀਤੀ ਜਾਂਦੀ, ਉਸ ਤੋਂ ਬਾਅਦ ਅੱਜ ਜੋ ਉਹ ਪਾਸਟਰ ਭਾਈਚਾਰੇ ਦੇ ਨਾਲ ਮੀਟਿੰਗ ਕੀਤੀ ਗਈ ਘਰ ਦੇ ਵਿੱਚ, ਉਸ ਤੋਂ ਬਾਅਦ ਕਿਸੇ ਦੇ ਬ੍ਰੇਕਫਾਸਟ ਕਰਕੇ ਕੁਝ ਹੋਰ ਮੀਟਿੰਗਾਂ ਘਰ ਦੇ ਵਿੱਚ ਕਰਕੇ, ਉਸ ਤੋਂ ਬਾਅਦ ਹੁਣ ਲਤਾਲਾ ਪਿੰਡ ਦੇ ਵਿੱਚ ਇੱਕ ਜੋ ਵੱਡੇ ਇਕੱਠ ਨੂੰ ਸੰਬੋਧਨ ਕੀਤਾ ਜਾ ਰਿਹਾ, ਜਿੱਥੇ ਖਾਸ ਤੌਰ 'ਤੇ ਕਹਿ ਸਕਦੇ ਹਾਂ ਆਪਣਾ ਪ੍ਰਚਾਰ ਕੀਤਾ ਜਾ ਰਿਹਾ। ਤਾਂ ਕਹਿ ਸਕਦੇ ਸਵੇਰ ਤੋਂ ਚੋਣ ਕੰਪੇਨ ਸ਼ੁਰੂ ਹੋ ਜਾਂਦੀ ਹੈ ਅਤੇ ਦੇਰ ਰਾਤ ਤੱਕ ਇਸੇ ਤਰੀਕੇ ਦੇ ਨਾਲ ਚੱਲਦੀ ਹੈ। ਇਹ ਤੀਸਰਾ ਪੜਾਅ ਜਿਸ ਪੜਾਅ ਦੇ ਵਿੱਚ ਕਹਿ ਸਕਦੇ ਹਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਹੋਰਾਂ ਵੱਲੋਂ ਵਰਕਰ ਮਿਲਣੀ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਡੋਰ ਟੂ ਡੋਰ ਕੰਪੇਨ ਹੋਏਗੀ, ਰੋਡ ਸ਼ੋਅ ਹੋਣਗੇ, ਇਹ ਮੋਟਰਸਾਈਕਲ ਰੈਲੀ ਹੋਵੇਗੀ, ਹੋਰ ਵੱਖ ਵੱਖ ਤਰੀਕੇ ਦੇ ਰਾਹੀਂ ਜਿਹੜਾ ਕਿ ਚੋਣ ਪ੍ਰਚਾਰ ਕੀਤਾ ਜਾਵੇਗਾ। ਵੱਲੋਂ ਆਪੋ ਆਪਣਾ ਚੋਣ ਪ੍ਰਚਾਰ ਕੀਤਾ ਜਾ ਰਿਹਾ, ਉੱਥੇ ਕਹਿ ਸਕਦੇ ਹਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਹੋਰਾਂ ਉੱਪਰ ਦੂਰੀ ਜ਼ਿੰਮੇਵਾਰੀ ਹੈ, ਜਿੱਥੇ 13 ਸੀਟਾਂ ਦੇ ਉੱਪਰ ਚੋਣ ਪ੍ਰਚਾਰ ਨੂੰ ਲੈ ਕੇ ਜ਼ਿੰਮੇਵਾਰੀ ਹੈ। ਉੱਥੇ ਕਹਿ ਸਕਦੇ ਹਾਂ ਲੁਧਿਆਣਾ ਲੋਕ ਸਭਾ ਸੀਟ ਨੂੰ ਲੈ ਕੇ ਵੀ ਲਗਾਤਾਰ ਚੋਣ ਪ੍ਰਚਾਰ ਜ਼ੋਰਾਂ ਸ਼ੋਰਾਂ 'ਤੇ ਚੱਲ ਰਿਹਾ। ਜਿੱਥੇ ਵੀ ਜਾਂਦੇ ਨੇ ਲੋਕ ਜਿਹੜੇ ਕਿ ਉਹਨਾਂ ਨੂੰ ਮਿਲ ਰਹੇ ਨੇ, ਉਹਨਾਂ ਦੇ ਨਾਲ ਸੈਲਫੀਆਂ ਕਰਵਾ ਰਹੇ ਨੇ। ਤਾਂ ਖਾਸ ਤੌਰ 'ਤੇ ਗੱਲਬਾਤ ਕਰਾਂਗੇ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਸਾਡੇ ਨਾਲ ਮੌਜੂਦ ਨੇ, ਇਹ ਕਿ ਕਿਸ ਤਰੀਕੇ ਦੇ ਨਾਲ ਚੋਣ ਪ੍ਰਚਾਰ ਇਸ ਸਮੇਂ ਲੁਧਿਆਣਾ ਦੇ ਵਿੱਚ ਚੱਲ ਰਿਹਾ। ਵੜਿੰਗ ਸਾਹਿਬ ਕਿਸ ਤਰੀਕੇ ਦੇ ਨਾਲ ਚੋਣ ਪ੍ਰਚਾਰ ਚੱਲ ਰਿਹਾ, ਲੋਕ ਮਿਲ ਰਹੇ ਨੇ ਤੁਹਾਨੂੰ? ਹਾਂ ਦੇਖ ਲਓ, ਇਹ ਮਿਲੇ ਮੈਨੂੰ ਹੁਣੇ, ਇਹ ਕਹਿੰਦੇ ਮੈਂ 2 ਸਾਲਾਂ ਤੋਂ ਤੈਨੂੰ ਫੋਲੋ ਕਰ ਰਿਹਾ ਸੀ, ਅੱਜ ਤੇਰੇ ਦਰਸ਼ਨ ਹੋ ਗਏ। ਸੋ ਤੇਲ ਪਵਾਉਣ ਲੱਗਿਆ ਸੀਗਾ ਇੱਥੇ, ਇਹ ਮਿਲੇ ਨੇ। ਸੋ ਬਹੁਤ ਪਿਆਰ ਜਿਹੜਾ ਲੁਧਿਆਣਾ ਦੇ ਲੋਕਾਂ ਤੋਂ ਵੱਲੋਂ ਮਿਲ ਰਿਹਾ, ਔਰ ਮੈਨੂੰ ਲੱਗਦਾ ਜਦੋਂ ਤੁਸੀਂ ਚੰਗੇ ਕੰਮ ਕਰਦੇ ਹੋ ਲੋਕ ਤੁਹਾਨੂੰ ਨੋਟਿਸ ਕਰਦੇ ਰਹਿੰਦੇ ਨੇ, ਔਰ ਨਿਰੰਤਰ ਉਹ ਕਹਿੰਦੇ ਬੱਸੋਂ ਕਾ ਜਦੋਂ ਤੁਸੀਂ ਮੰਤਰੀ ਸੀ ਉਦੋਂ ਤਾਂ ਮੈਂ ਤੁਹਾਨੂੰ ਨੋਟਿਸ ਕਰ ਰਿਹਾ। ਸੋ ਚੰਗੇ ਕਰਮ ਨਾਲ ਕੰਮ ਕਰਨ ਦੇ ਨਾਲ ਬੰਦੇ ਦੀ ਮੈਨੂੰ ਲੱਗਦਾ ਪੂਰੇ ਬਾਰੇ ਲੋਕਾਂ ਦੀ ਪਰਸੈਪਸ਼ਨ ਚੰਗੀ ਬਣਦੀ ਹੈ। ਸੋ ਬਹੁਤ ਉਮੀਦ ਹੈ ਕਿ ਕੰਮ ਬੜਾ ਠੀਕ ਹੈ, ਬਹੁਤ ਪਿਆਰ ਮਿਲਦਾ। ਏਜੰਡਾ ਕੀ ਲੈ ਕੇ ਜਾ ਰਹੇ ਹੋ ਲੋਕਾਂ ਦੇ ਵਿੱਚ, ਕਿਹੜਾ ਅੱਗਾ ਜਿਹੜਾ ਨਿਆਂ ਪੱਤਰ ਉਹ ਲੈ ਕੇ ਜਾ ਰਹੇ ਹੋ ਜਾਂ ਕੋਈ ਹੋਰ ਏਜੰਡਾ? ਏਜੰਡਾ ਕੀ ਹੈ? ਏਜੰਡਾ ਪੰਜਾਬ ਦੀ ਤਰੱਕੀ ਦਾ ਏਜੰਡਾ, ਏਜੰਡਾ ਲੁਧਿਆਣੇ ਦੀ ਤਰੱਕੀ ਦਾ ਏਜੰਡਾ, ਲੁਧਿਆਣੇ ਦੇ ਤਮਾਮ ਜਿਹੜੇ ਮਸਲੇ ਹੈ ਉਹ ਲੋਕਾਂ ਤੋਂ ਸਮਝ ਕੇ ਦੇਸ਼ ਦੀ ਲੋਕ ਸਭਾ ਦੇ ਵਿੱਚ ਲੈ ਕੇ ਜਾਣੇ, ਉਹਨਾਂ ਦਾ ਹੱਲ ਕਰਾਉਣਾ, ਇਹ ਤਮਾਮ ਏਜੰਡੇ ਹੈ। ਸਾਡਾ ਜਿਹੜਾ ਨਿਆਂ ਪੱਤਰ ਹੈ, ਜਿਹੜਾ ਕਿ ਮੈਨੀਫੈਸਟੋ ਹੈ, ਉਹ ਲੋਕਾਂ ਨੂੰ ਬਹੁਤ ਪਸੰਦ ਆਇਆ ਕਿਉਂਕਿ ਉਹਦੇ 'ਚ ਹਰ ਵਰਗ ਦੀ ਗੱਲ ਕੀਤੀ ਹੋਈ ਹੈ, ਇੰਡਸਟਰੀਅਲਿਸਟ ਤੋਂ ਲੈ ਕੇ ਮਜ਼ਦੂਰ ਤੱਕ ਦੀ ਉਹਦੇ 'ਚ ਗੱਲ ਹੈ, ਉਹ ਵੀ ਅਸੀਂ ਘਰ ਘਰ ਤੱਕ ਪਹੁੰਚਾਉਣ ਦਾ ਕੰਮ ਕਰ ਰਹੇ ਹਾਂ। ਸੋ ਮੈਨੂੰ ਲੱਗਦਾ ਕਿ ਦੇਸ਼ ਦੇ ਲੋਕਾਂ ਦੀ ਹੁਣ ਸੋਚ ਬਦਲੀ ਹੈ, ਲੋਕ ਇਹ ਮਹਿਸੂਸ ਕਰਨ ਲੱਗ ਪਏ ਹੈ ਕਿ ਅਸੀਂ ਕਾਂਗਰਸ ਪਾਰਟੀ ਸਹੀ ਵਿਕਲਪ ਹੈ, ਜੇ ਦੇਸ਼ ਨੂੰ ਚੰਗੀ ਦਿਸ਼ਾ ਔਰ ਦਸ਼ਾ ਵਿੱਚ ਲੈ ਕੇ ਜਾਣਾ ਤਾਂ ਕਾਂਗਰਸ ਪਾਰਟੀ। ਦੋ ਉਮੀਦਵਾਰ ਤੁਹਾਡੇ ਸਾਹਮਣੇ ਮੇਨ ਨੇ, ਅਰਵਨੀਤ ਬਿੱਟੂ ਤੁਹਾਡੀ ਪਾਰਟੀ 'ਚ ਗਏ ਨੇ, ਅਸ਼ੋਕ ਕੁਮਾਰ ਪੱਪੀ ਪ੍ਰੈਸ਼ਰ ਉਹ ਵੀ ਤੁਹਾਡੀ ਪਾਰਟੀ 'ਚ ਗਏ ਨੇ। ਮੁੱਖ ਮੰਤਰੀ ਕਹਿੰਦੇ ਨੇ ਕਿ ਇਹਨਾਂ ਨੂੰ ਬੋਲਣ ਦਾ ਤਜਰਬਾ ਹੋ ਗਿਆ ਵਿਧਾਨ ਸਭਾ ਦੇ ਵਿੱਚ, ਹੁਣ ਕਹਿੰਦੇ ਲੋਕ ਸਭਾ ਦੇ ਵਿੱਚ ਭੇਜਣਾ। ਕਿਹਨਾਂ ਨੂੰ ਤਜਰਬਾ ਹੋ ਗਿਆ? ਅਸ਼ੋਕ ਕੁਮਾਰ ਪੱਪੀ ਬੋਲ ਜੇ ਪ੍ਰੈਸ਼ਰ ਪੱਪੀ ਦੀ ਮੁੱਖ ਮੰਤਰੀ ਨੂੰ ਕਹੋ ਕੋਈ ਇੱਕ ਅੱਧੀ ਵੀਡੀਓ ਭੇਜ ਦੇ ਵੀ ਜਿੱਥੇ ਬੋਲ ਰਿਹਾ ਹੋਵੇ,
ਬੋਲਣ ਦਾ ਤਜਰਬਾ ਤਾਂ ਹਜੇ ਮੁੱਖ ਮੰਤਰੀ ਸਾਹਿਬ ਨੂੰ ਨਹੀਂ ਹੋਇਆ, ਉਹਨਾਂ ਨੂੰ ਕੀ ਹੋਣਾ, ਉਹ ਵੀ ਕਹਿੰਦੇ ਅੱਖਾਂ 'ਚ ਅੱਖਾਂ ਪਾ। ਸੋ ਵਿਧਾਨ ਸਭਾ 'ਚ ਇਹੋ ਜਿਹੀ ਸ਼ਬਦਾਵਲੀ ਨਹੀਂ ਵਰਤੀ ਜਾਂਦੀ। ਸੋ ਪਰਾਸ਼ਰ ਸਾਹਿਬ ਦਾ ਕੋਈ ਦਿਖਾ ਦੇਣ ਕੋਈ ਐਸੀ ਕਿ ਜਿੱਥੇ ਉਹਨਾਂ ਨੇ ਪੰਜਾਬ ਦੇ ਮਸਲਿਆਂ ਦੀ ਆਵਾਜ਼ ਬੁਲੰਦ ਕੀਤੀ ਹੋਵੇ। ਤਜਰਬਾ 2.5 ਸਾਲ ਤਾਂ ਮੈਂ ਦੱਸਦਾ ਕਿਹੜਾ ਹੋਣਾ ਸੀ। ਮੁੱਖ ਮੰਤਰੀ ਵੱਲੋਂ ਕਿੱਕਲੀ ਦੀ ਗੱਲ ਕੀਤੀ ਜਾਂਦੀ ਹੈ, ਕਿੱਕਲੀ ਦੀ ਜ਼ਿਕਰ ਕੀਤਾ ਗਿਆ, ਤੁਸੀਂ ਅੱਜ ਸਟੇਜ 'ਤੇ ਤੰਜ ਕੱਸਿਆ, ਕੀ ਲੱਗਦਾ ਸ਼ੋਭਾ ਦਿੰਦਾ ਇਹੋ ਜਿਹੀਆਂ ਚੀਜ਼ਾਂ? ਮੈਨੂੰ ਲੱਗਦਾ ਕਿ ਹੁਣ ਮੁੱਖ ਮੰਤਰੀ ਸਾਹਿਬ ਨੂੰ ਮੁੱਖ ਮੰਤਰੀ ਵਾਲਾ ਕੁਰਸੀ 'ਤੇ ਬੈਠ ਗਏ ਉਵੇਂ ਬਿਹੇਵ ਕਰਨਾ ਚਾਹੀਦਾ। ਹੁਣ ਉਹ ਕਿੱਕਲੀਆਂ ਪਾਉਂਦੇ ਚੰਗੇ ਨਹੀਂ ਲੱਗਦੇ। ਇਹ ਕਿੱਕਲੀਆਂ ਜਦੋਂ ਕਲਾਕਾਰ ਸੀ ਉਦੋਂ ਜਦੋਂ ਉਹਨਾਂ ਦੇ ਮੂੰਹ ਤੋਂ ਇਹ ਸੱਜਦੀਆਂ ਸਨ, ਅੱਜ ਬਤੌਰ ਮੁੱਖ ਮੰਤਰੀ ਉਹ ਕੋਈ ਪੋਲਿਸੀ ਪਲੈਨਿੰਗ ਪੰਜਾਬ ਦੇ ਹਿੱਤ ਦੀ ਗੱਲ, ਪੰਜਾਬ ਦੇ ਲੋਕਾਂ ਦੀ ਗੱਲ, ਪੰਜਾਬ ਦੇ ਕਿਸਾਨਾਂ ਦੀ ਮਜ਼ਦੂਰਾਂ ਦੀ, ਉਹਦੇ 'ਤੇ ਅਗਰ ਗੱਲ ਸਮਝਾਉਣਗੇ ਲੋਕਾਂ ਨੂੰ ਤਾਂ ਠੀਕ ਲੱਗੇਗਾ। ਅਦਰਵਾਈਜ਼ ਇਹ ਕਿੱਕਲੀਆਂ ਕੁੱਕਲੀਆਂ ਨੇ ਕੋਈ ਚੀਜ਼ ਪੱਲੇ ਨਹੀਂ ਪਾਉਣੀ। ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਕੰਪੀਟੀਸ਼ਨ ਕਿਸ ਨਾਲ ਰਹਿਣ ਵਾਲਾ? ਪਤਾ ਨਹੀਂ ਯਾਰ, ਇਹ ਤਾਂ ਹੁਣ ਤੁਸੀਂ ਦੱਸੋਗੇ ਕੰਪੀਟੀਸ਼ਨ ਕਿਹਦੇ ਨਾਲ ਹੈ, ਆਉਣ ਵਾਲਾ ਸਮਾਂ ਦੱਸੇਗਾ ਕੰਪੀਟੀਸ਼ਨ ਕਿਹਦੇ ਨਾਲ ਹੈ। ਮੈਨੂੰ ਜਿਸ ਪ੍ਰਕਾਰ ਦਾ ਮੌਸਮ ਹੈ ਇਸ ਤੋਂ ਤਾਂ ਲੱਗਦਾ ਕਿ ਕੰਪੀਟੀਸ਼ਨ ਕਿਸੇ ਨਾਲ। ਪੰਜਾਬ 'ਤੇ ਗੱਲ ਕਰ ਲੈਂਦੇ ਹਾਂ, ਮੁੱਖ ਮੰਤਰੀ 13-0 ਦੀ ਗੱਲ ਕਰਦੇ ਆ, ਕਹਿੰਦੇ ਅਸੀਂ 2 ਸਾਲ ਦਾ ਵਿਕਾਸ ਕੀਤਾ, ਬਹੁਤ ਸਾਰੇ ਕੰਮ ਹੋਏ, ਕਹਿੰਦੇ ਉਹਨਾਂ ਦੇ ਆਧਾਰ 'ਤੇ ਲੋਕ ਸਾਨੂੰ ਵੋਟ ਪਾਉਣਗੇ। ਮੁੱਖ ਮੰਤਰੀ ਨੂੰ ਕਿਸੇ ਆਧਾਰ 'ਤੇ ਵੋਟ ਨਹੀਂ ਪਾਉਣਗੇ, ਲੋਕ ਥੱਕ ਚੁੱਕੇ। ਮੁੱਖ ਮੰਤਰੀ ਪਹਿਲਾ ਚੀਫ ਮਿਨਿਸਟਰ ਹੈ ਔਰ ਪਹਿਲੀ ਸਰਕਾਰ ਹੈ ਜਿਹਦੇ ਤੋਂ ਲੋਕ 2.5 ਸਾਲਾਂ 'ਚ ਹੀ ਥੱਕ ਚੁੱਕੇ। ਕਿਹੜੀਆਂ ਕਿਹੜੀਆਂ ਕਮੀਆਂ ਰਹੀਆਂ ਮੁੱਖ ਕੰਮ? ਕੋਈ ਕਮੀ ਕੋਈ ਚੰਗਾ ਕੰਮ ਕੀਤਾ ਹੋਵੇ ਤਾਂ ਮੈਂ ਗਿਣਾ ਦਿਆਂ, ਸਾਰੀਆਂ ਕਮੀਆਂ ਹੀ ਕਮੀਆਂ। ਲਾਅ ਐਂਡ ਆਰਡਰ ਤੋਂ ਲੈ ਕੇ, ਬੇਰੁਜ਼ਗਾਰੀ ਤੋਂ ਲੈ ਕੇ, ਪੰਜਾਬ ਦੇ ਹਾਲਾਤਾਂ ਤੋਂ ਲੈ ਕੇ, ਪੰਜਾਬ 'ਤੇ ਕਰਜ਼ੇ ਤੋਂ ਲੈ ਕੇ, ਇਹ ਸਾਰੀਆਂ ਕਮੀਆਂ ਹੀ। ਠੀਕ ਹੈ, ਤਾਂ ਬਹੁਤ ਸਾਰੀਆਂ ਪੰਜਾਬ ਦੇ ਵਿੱਚ ਕਮੀਆਂ ਜੋ ਕਿਸਦੇ ਆ ਆਮ ਆਦਮੀ ਪਾਰਟੀ ਸਰਕਾਰ ਦੇ ਵਿੱਚ ਕਮੀਆਂ ਰਹੀਆਂ। ਅਮਰਿੰਦਰ ਸਿੰਘ ਰਾਜਵੜਿੰਗ ਹੋਰਾਂ ਵੱਲੋਂ ਇਲਜ਼ਾਮ ਲਗਾਏ ਗਏ ਕਿ ਉਹਨਾਂ ਨੂੰ ਕਿਸੇ ਆਧਾਰ 'ਤੇ ਵੀ ਲੋਕ ਵੋਟ ਨਹੀਂ ਪਾਉਣਗੇ। ਅਮਰਿੰਦਰ ਸਿੰਘ ਰਾਜਾ ਵੜਿੰਗ ਹੋਰਾਂ ਵੱਲੋਂ ਮੋਜਪੁਰ ਬਾਜ਼ਾਰ ਦੇ ਵਿੱਚ ਲੁਧਿਆਣਾ ਦੇ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ, ਡੋਰ ਟੂ ਡੋਰ ਜਿਹੜੀ ਕੰਪੇਨ ਚਲਾਈ ਜਾ ਰਹੀ ਹੈ, ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਵਾਂਗੇ। ਲੋਕਾਂ ਵੱਲੋਂ ਜਿੱਥੇ ਭਰਵਾਂ ਸਵਾਗਤ ਕੀਤਾ ਜਾ ਰਿਹਾ, ਉੱਥੇ ਲੋਕਾਂ ਦਾ ਅਮਰਿੰਦਰ ਸਿੰਘ ਰਾਜਾ ਵੜਿੰਗ ਹੋਰਾਂ ਵੱਲੋਂ ਖੁਦ ਜਿਹੜਾ ਕਿ ਆਪ ਧੰਨਵਾਦ ਵੀ ਕੀਤਾ ਜਾ ਰਿਹਾ। ਜਿਸ ਤਰੀਕੇ ਦੇ ਨਾਲ ਲੋਕਾਂ ਦਾ ਇੱਕ ਹਜ਼ੂਮ ਦੇਖਣ ਨੂੰ ਮਿਲ ਰਿਹਾ, ਇੱਕ ਇਕੱਠ ਦੇਖਣ ਨੂੰ ਮਿਲ ਰਿਹਾ, ਉਸ ਇਕੱਠ ਦਾ ਅਮਰਿੰਦਰ ਸਿੰਘ ਰਾਜਾ ਵੜਿੰਗ ਹੋਰਾਂ ਵੱਲੋਂ ਖੁਦ ਜਿਹੜਾ ਕਿ ਧੰਨਵਾਦ ਵੀ ਕੀਤਾ ਜਾ ਰਿਹਾ। ਵੜਿੰਗ ਸਾਹਿਬ, ਕਿਹੋ ਜਿਹਾ ਰਿਸਪੋਂਸ ਲੋਕਾਂ ਵੱਲੋਂ ਦਿੱਤਾ ਜਾ ਰਿਹਾ? ਤੁਸੀਂ ਧੰਨਵਾਦ ਵੀ ਕਰ ਰਹੇ, ਲੋਕ ਸਵਾਗਤ ਵੀ ਕਰ ਰਹੇ ਆ? ਬਸ ਇਸ ਤਰ੍ਹਾਂ ਹੈ ਜੀ, ਬਹੁਤ ਪਿਆਰ ਦੇ ਰਹੇ, ਤੁਸੀਂ ਵੇਖ ਰਹੇ ਹੋ, ਸੁਬਾਹ ਦੇ ਦੇਖ ਰਹੇ ਹੋ ਕੀ ਹੋ ਰਿਹਾ। ਲੱਗਦਾ ਇਸ ਵਾਰ ਪਾਸਾ ਇੱਕ ਪਾਸੇ ਹੋਏਗਾ, ਲੱਗਦਾ ਨਹੀਂ ਪੱਕਾ ਹੋਏਗਾ। ਬਿਲਕੁਲ, ਦੇਖੋ ਇਹ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਭਾਰੀ ਇਕੱਠ ਦੇ ਨਾਲ ਜਿੱਥੇ ਅਮਰਿੰਦਰ ਸਿੰਘ ਰਾਜਾ ਵੜਿੰਗ ਚੋਣ ਪ੍ਰਚਾਰ ਕਰ ਰਹੇ ਨੇ, ਡੋਰ ਟੂ ਡੋਰ ਇਹ ਜਿਹੜੀ ਚੋਣ ਕੰਪੇਨ ਚੱਲ ਰਹੀ ਹੈ, ਜਿਸ ਦੇ ਵਿੱਚ ਦੁਕਾਨਦਾਰਾਂ ਦੇ ਕੋਲ ਜਾ ਕੇ ਖੁਦ ਅਮਰਿੰਦਰ ਸਿੰਘ ਰਾਜਾ ਵੜਿੰਗ ਵੋਟ ਮੰਗ ਰਹੇ ਨੇ, ਕਿਉਂਕਿ ਜਿਸ ਤਰੀਕੇ ਨਾਲ ਚੋਣਾਂ ਨਜ਼ਦੀਕ ਆ ਰਹੀਆਂ ਨੇ ਉਸੇ ਤਰੀਕੇ ਦੇ ਨਾਲ ਚੋਣ ਪ੍ਰਚਾਰ ਵੀ ਲਗਾਤਾਰ ਤੇਜ਼ ਹੁੰਦਾ ਹੋਇਆ ਦਿਖਾਈ ਦੇ ਰਿਹਾ। ਲੋਕਾਂ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ ਅਤੇ ਉਸੇ ਫੁੱਲਾਂ ਦੀ ਵਰਖਾ ਦੇ ਨਾਲ ਹੀ ਅਮਰਿੰਦਰ ਸਿੰਘ ਰਾਜਾ ਵੜਿੰਗ ਹੋਰਾਂ ਵੱਲੋਂ ਲੋਕਾਂ ਦਾ, ਦੁਕਾਨਦਾਰਾਂ ਦਾ ਧੰਨਵਾਦ ਵੀ ਕੀਤਾ ਜਾ ਰਿਹਾ। ਇਸ ਬਾਜ਼ਾਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਹਰੇਕ ਦੁਕਾਨਦਾਰ ਦੇ ਕੋਲ ਪਹੁੰਚ ਕੀਤੀ ਜਾ ਰਹੀ ਹੈ। ਵੱਖੋ ਵੱਖਰੇ ਤਰੀਕੇ ਹੁੰਦੇ ਨੇ ਚੋਣ ਪ੍ਰਚਾਰ ਦੇ, ਜਿਨ੍ਹਾਂ ਚੋਣ ਪ੍ਰਚਾਰ ਦੇ ਤਰੀਕਿਆਂ ਦੇ ਰਾਹੀਂ ਕਹਿ ਸਕਦੇ ਹਾਂ ਪ੍ਰਚਾਰ ਕੀਤਾ ਜਾਂਦਾ ਹੁੰਦਾ, ਵੋਟ ਮੰਗੀ ਜਾਂਦੀ ਹੁੰਦੀ ਹੈ, ਰੋਡ ਸ਼ੋਅ ਹੋਣ, ਰੈਲੀਆਂ ਹੋਣ ਅਤੇ ਉਸੇ ਤਹਿਤ ਇਹ ਡੋਰ ਟੂ ਡੋਰ ਚੋਣ ਕੰਪੇਨ
ਜਿਹੜੀ ਚੋਣ ਪ੍ਰਚਾਰ ਕੀਤਾ ਜਾ ਰਿਹਾ ਅਮਰਿੰਦਰ ਸਿੰਘ ਰਾਜਾ ਵੜਿੰਗ ਹੋਰਾਂ ਵੱਲੋਂ। ਇਸ ਤੋਂ ਪਹਿਲਾਂ ਜਿਹੜਾ ਕਹਿ ਸਕਦੇ ਹਾਂ ਲੁਧਿਆਣਾ ਦੇ ਵਿੱਚ ਇੱਕ ਸਭਾ ਨੂੰ ਜਿਹੜੀ ਕਿ ਜਨਸਭਾ ਸੀਗੀ ਉਸ ਨੂੰ ਸੰਬੋਧਨ ਕਰਕੇ ਆਏ ਸਨ ਅਮਰਿੰਦਰ ਸਿੰਘ ਰਾਜਾ ਵੜਿੰਗ, ਅਤੇ ਇਸ ਤੋਂ ਬਾਅਦ ਕਹਿ ਸਕਦੇ ਹੋਰ ਬਹੁਤ ਸਾਰੇ ਪ੍ਰੋਗਰਾਮ ਨੇ ਜਿਨ੍ਹਾਂ ਦੇ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ ਸ਼ਾਮਿਲ ਹੋਣਗੇ। ਇੱਕ ਤਰਫਾ ਅਮਰਿੰਦਰ ਸਿੰਘ ਰਾਜਾ ਵੜਿੰਗ ਹੋਰਾਂ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਤਾਂ ਦੂਸਰੀ ਤਰਫ ਉਹਨਾਂ ਦਾ ਪੂਰਾ ਪਰਿਵਾਰ ਵੀ ਇਸ ਸਮੇਂ ਚੋਣ ਪ੍ਰਚਾਰ ਦੇ ਵਿੱਚ ਲੱਗਿਆ ਹੋਇਆ। ਅੰਮ੍ਰਿਤਾ ਵੜਿੰਗ ਹੋਰਾਂ ਵੱਲੋਂ ਲੁਧਿਆਣਾ ਦੇ ਵੱਖ ਵੱਖ ਪਿੰਡਾਂ ਦੇ ਵਿੱਚ ਜਾ ਕੇ ਚੋਣ ਪ੍ਰਚਾਰ ਕੀਤਾ ਜਾ ਰਿਹਾ, ਆਪਣੀ ਪਾਰਟੀ ਦਾ ਜੋ ਮੈਨੀਫੈਸਟੋ ਆ, ਜੋ ਏਜੰਡਾ ਕਹਿ ਸਕਦੇ ਹੋ, ਉਹ ਲੋਕਾਂ ਤੱਕ ਲਿਜਾਇਆ ਜਾ ਰਿਹਾ ਅਤੇ ਲਗਾਤਾਰ ਚੋਣ ਪ੍ਰਚਾਰ ਵੀ ਕਹਿ ਸਕਦੇ ਜ਼ੋਰਾਂ ਸ਼ੋਰਾਂ 'ਤੇ ਇਸ ਸਮੇਂ ਇਹ ਚੱਲ ਰਿਹਾ। ਗੱਲਬਾਤ ਕਰਾਂਗੇ ਅੰਮ੍ਰਿਤਾ ਵੜਿੰਗ ਜੀ ਸਾਡੇ ਨਾਲ ਮੌਜੂਦ ਹੋਣਗੇ, ਖਾਸ ਤੌਰ 'ਤੇ ਕਹਿ ਸਕਦੇ ਕਿ ਇੱਕ ਇੱਕ ਪਹਿਲੂ ਜੋ ਨਿਆਂ ਪੱਤਰ ਦਾ ਜਿਹਦੇ ਵਿੱਚ ਪੰਜ ਵੱਖ ਵੱਖ ਜਿਹੜੇ ਕਿ ਨਿਆਂ ਨੇ ਉਹਨਾਂ ਦੀ ਗੱਲ ਕੀਤੀ ਜਾ ਰਹੀ ਹੈ, ਪਿਛਲੇ ਕਾਰਜਕਾਲ ਦੀਆਂ ਜੋ ਸਰਕਾਰਾਂ ਰਹੀਆਂ ਨੇ ਉਹਨਾਂ ਦੀ ਗੱਲ ਕੀਤੀ ਜਾ ਰਹੀ ਹੈ, ਤਾਂ ਖਾਸ ਤੌਰ 'ਤੇ ਪਿੰਡਾਂ ਦੇ ਇਹ ਵਿੱਚ ਜਾ ਕੇ ਡੋਰ ਟੂ ਡੋਰ ਕੰਪੇਨ ਕੀਤੀ ਜਾ ਰਹੀ ਹੈ, ਰੋਡ ਸ਼ੋਅ ਹੋਣ, ਚਾਹੇ ਕਹਿ ਸਕਦੇ ਹਾਂ ਜੋ ਇੱਕ ਜਨਸਭਾਵਾਂ ਹੁੰਦੀਆਂ ਨੇ, ਨੁੱਕੜ ਮੀਟਿੰਗਾਂ ਹੁੰਦੀਆਂ ਨੇ, ਉਹ ਤਮਾਮ ਮੀਟਿੰਗਾਂ ਨੂੰ ਸੰਬੋਧਨ ਕੀਤਾ ਜਾ ਰਿਹਾ ਅਤੇ ਲੋਕਾਂ ਦੀਆਂ ਜੋ ਮੁਸ਼ਕਲਾਂ ਨੇ ਉਹ ਮੁਸ਼ਕਲਾਂ ਵੀ ਸੁਣੀਆਂ ਜਾ ਰਹੀਆਂ ਨੇ। ਤਾਂ ਜਿਸ ਤਰੀਕੇ ਦੇ ਨਾਲ ਕਹਿ ਸਕਦੇ ਕਿ ਜੋ ਨਜ਼ਦੀਕ ਆ ਗਈਆਂ ਨੇ ਤਰੀਕਾਂ, ਚੋਣਾਂ ਦੀਆਂ ਨਜ਼ਦੀਕ ਆ ਰਹੀਆਂ ਨੇ, ਉਸੇ ਤਰੀਕੇ ਹਿਸਾਬ ਨਾਲ ਕਹਿ ਸਕਦੇ ਚੋਣ ਪ੍ਰਚਾਰ ਵੀ ਲਗਾਤਾਰ ਤੇਜ਼ ਜਿਹੜਾ ਕਿ ਹੁੰਦਾ ਹੋਇਆ ਦਿਖਾਈ ਦੇ ਰਿਹਾ। ਤਾਂ ਖਾਸ ਤੌਰ 'ਤੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਅੰਮ੍ਰਿਤਾ ਵੜਿੰਗ ਹੋਰਾਂ ਵੱਲੋਂ ਜਿਹੜਾ ਅੱਜ ਪ੍ਰਚਾਰ ਕੀਤਾ ਜਾ ਰਿਹਾ ਸੀਗਾ, ਪ੍ਰਚਾਰ ਦੇ ਸਮੇਂ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਗੱਲਬਾਤ ਕਰਾਂਗੇ ਮੈਮ, ਕਿਸ ਤਰੀਕੇ ਨਾਲ ਚੋਣ ਪ੍ਰਚਾਰ ਚੱਲ ਰਿਹਾ ਜੀ? ਬਹੁਤ ਅੱਛਾ ਚੱਲ ਰਿਹਾ ਜੀ, ਸੱਚੇ ਪਾਤਸ਼ਾਹ ਦੀ ਬਹੁਤ ਕਿਰਪਾ ਹੈ, ਪੂਰਾ ਪਰਿਵਾਰ ਲੱਗਿਆ ਹੋਇਆ ਚੋਣ ਪ੍ਰਚਾਰ ਦੇ ਵਿੱਚ ਇਸ ਸਮੇਂ ਕਿਸੇ ਦੇ ਜੀ 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 ਟਾਈਮ ਹੀ ਇਸ ਤਰ੍ਹਾਂ ਦਾ ਨਾ ਜੀ, ਕਹਿ ਸਕਦੇ ਹਾਂ ਜਿਸ ਹਿਸਾਬ ਨਾਲ ਤਰੀਕਾ ਨਜ਼ਦੀਕ ਨੇ ਪ੍ਰਚਾਰ ਵੀ ਤੇਜ਼ ਹੋ ਗਿਆ। ਸ਼ੁਰੂ ਤੋਂ ਹੀ ਇਸ ਤਰ੍ਹਾਂ ਚੱਲ ਰਿਹਾ, ਸ਼ੁਰੂ ਤੋਂ ਪਹਿਲੇ ਦਿਨ ਤੋਂ ਹੀ ਇਹ ਸਪੀਡ ਹੈ। ਲੋਕਾਂ ਦਾ ਕੀ ਰਿਸਪੌਂਸ ਆ ਰਿਹਾ? ਤੁਸੀਂ ਦੇਖ ਲਓ ਮੇਰੇ ਵੀਰ ਕਿੰਨਾ ਅੱਛਾ ਰਿਸਪੌਂਸ ਹੈ, ਜਿਉਂਦੇ ਬਸ ਸਿਰੋਂ ਨਾਨਕੇ ਜਾਣਾ ਹੈ। ਚੰਗਾ, ਛੁੱਟੀਆਂ ਹੋ ਗਈਆਂ, ਲਗਾਤਾਰ ਇੱਕ ਦਿਨ ਦੇ ਵਿੱਚ ਕਿੰਨੀਆਂ ਕਿ ਜਿਹੜੀਆਂ ਮੀਟਿੰਗਾਂ ਨੇ ਪੂਰਾ ਪਰਿਵਾਰ ਕਰ ਲੈਂਦਾ, ਇੱਕ ਪਾਸੇ ਵੜਿੰਗ ਸਾਹਿਬ ਲੱਗੇ ਪਏ ਨੇ, ਦੂਸਰੇ ਪਾਸੇ ਤੁਸੀਂ ਕਰ ਰਹੇ ਹੋ, ਕਿੰਨੀਆਂ ਕਿ ਮੀਟਿੰਗਾਂ ਕਵਰ ਅਪ ਹੋ ਜਾਂਦੀਆਂ? ਮੇਰੇ ਵੀਰ ਪਰਿਵਾਰ ਦਾ ਮੈਨੂੰ ਸਾਰੇ ਦਾ ਅੰਦਾਜ਼ਾ ਨਹੀਂ ਹੈਗਾ, ਪਰ ਮੈਂ ਜ਼ਰੂਰ ਰੋਜ਼ ਦੀਆਂ 22-24 ਮੀਟਿੰਗਸ ਕਰ ਲੈਂਦੀ ਹਾਂ। ਕਿਸ ਸਮੇਂ ਪਰਿਵਾਰ ਕਿਸ ਸਮੇਂ ਇਕੱਠਾ ਹੁੰਦਾ ਫਿਰ ਸਾਰਾ, ਕਿਉਂਕਿ ਚੋਣ ਪ੍ਰਚਾਰ 'ਚ ਸਾਰੇ ਰੁੱਝੇ ਹੋਏ ਨੇ ਇਸ ਸਮੇਂ? ਸਵੇਰੇ ਆਉਣ ਤੋਂ ਪਹਿਲਾਂ ਬ੍ਰੇਕਫਾਸਟ ਵਿੱਚ, ਬ੍ਰੇਕਫਾਸਟ ਵੇਲੇ ਫਿਰ ਪੂਰੀ ਪਲੈਨਿੰਗ ਬਣਦੀ ਹੈ ਕਿ ਅੱਜ ਕਿਹੜੇ ਪਾਸੇ ਜਾਣਾ, ਕਿੱਧਰ ਜਾਣਾ, ਕਿਸਨੇ ਕੀ ਪ੍ਰਚਾਰ ਕਰਨਾ? ਨਹੀਂ ਉਹ ਇੱਕ ਦਿਨ ਪਹਿਲਾਂ ਸਾਰਿਆਂ ਨੂੰ ਪ੍ਰੋਗਰਾਮ ਆ ਜਾਂਦਾ ਅਤੇ ਉਹ ਇੱਕ ਦਿਨ ਪਹਿਲਾਂ ਹੀ ਪਤਾ ਲੱਗ ਜਾਂਦਾ, ਉਹ ਪਲੈਨਿੰਗ ਤਾਂ ਇੱਕ ਦਿਨ ਪਹਿਲਾਂ ਹੀ ਹੋ ਜਾਂਦੀ ਹੈ, ਸੋ ਇਹ ਆਪੋ ਆਪਣੇ ਫੋਨਸ 'ਤੇ ਸਾਰਾ ਆ ਜਾਂਦਾ, ਪਤਾ ਲੱਗ ਜਾਂਦਾ। ਦੱਸਦੇ ਨੇ ਕਿ ਅੱਜ ਜਾ ਕੇ ਸੰਬੋਧਨ ਕਰਨਾ ਜਾਂ ਕੋਈ ਇਹੋ ਜਿਹੀ ਰਣਨੀਤੀ ਵੀ? ਅੱਜ ਤੱਕ ਮੈਂ ਅਤੇ ਰਾਜਾ ਜੀ ਨੇ ਕਦੀ ਇਹ ਡਿਸਕਸ ਨਹੀਂ ਕੀਤਾ ਕਿ ਜਾ ਕੇ ਬੋਲਣਾ ਕੀ ਹੈ। ਜਿੰਨੇ ਸਾਲ ਲੋਕਾਂ 'ਚ ਵਿਚਰਦੀ ਨੂੰ ਹੋ ਗਏ, ਕਦੀ ਵੀ ਇਹ ਲਾਈਫ ਦੇ ਵਿੱਚ ਡਿਸਕਸ ਨਹੀਂ ਕੀਤਾ ਕਿ ਕੀ ਬੋਲਣਾ, ਕੀ ਕਹਿਣਾ, ਕੀ ਨਹੀਂ ਕਹਿਣਾ, ਜੋ ਦਿਲ 'ਚ ਹੁੰਦਾ ਉਹ ਗੱਲ ਕਹਿ ਦਈਦੀ ਹੈ। ਗਿੱਦੜਵਾਹ ਤੋਂ ਲੁਧਿਆਣਾ ਆਏ, ਕੀ ਲੱਗ ਕੀ ਰਿਹਾ ਵਰਗ ਧਰਾਤਲ 'ਤੇ, ਕੀ ਇਸ ਸਮੇਂ ਜਿਹੜਾ ਮਹਿਸੂਸ ਹੋ ਰਿਹਾ? ਕੁਛ ਫਰਕ ਨਹੀਂ ਗਾ, ਪੰਜਾਬ ਸਾਰਾ ਇੱਕੋ ਜਿਹੇ ਜਿਹਾ, ਸਾਡੇ ਬਜ਼ੁਰਗ, ਸਾਡੀਆਂ ਮਾਵਾਂ, ਸਾਡੇ ਵੀਰ, ਸਾਡੀਆਂ ਭੈਣਾਂ ਇੱਕੋ ਜਿਹੇ ਜਿਹੀਆਂ, ਕੋਈ ਫਰਕ ਨਹੀਂ ਪੰਜਾਬ ਦੇ ਵਿੱਚ। ਪੰਜਾਬ 'ਚ ਗਿੱਦੜਵਾ ਵੀ ਉਹੋ ਜਿਹੀ ਹੈ ਅਤੇ ਲੁਧਿਆਣਾ ਵੀ ਉਹੋ ਜਿਹੀ ਹੈ, ਇੱਕੋ ਜਿਹੇ ਜਿਹੇ ਲੋਕ, ਇੱਕੋ ਜਿਹੇ ਜਿਹਾ ਖਾਣ ਪੀਣ ਹੈ, ਕੋਈ ਫਰਕ ਨਹੀਂ ਹੈ, ਐਵੇਂ ਨਾ ਫਰਕ ਪਾਓ ਕਹਿ ਕਹਿ ਕੇ। ਮੁਕਾਬਲਾ ਕਿਸ ਨਾਲ ਲੱਗ ਰਿਹਾ? ਕਿਸੇ ਨਾਲ ਵੀ ਨਹੀਂ, ਹਮੇਸ਼ਾ ਮੈਂ ਜ਼ਿੰਦਗੀ ਦੇ ਵਿੱਚ ਕਦੀ ਓਪੋਜੀਸ਼ਨ ਦੇ ਨਾਲ ਮੁਕਾਬਲਾ ਨਾ ਕਦੀ ਸਮਝਿਆ ਅਤੇ ਨਾ ਸਮਝਾਂ, ਹਮੇਸ਼ਾ ਮੁਕਾਬਲਾ ਆਪਦੇ ਆਪ ਨਾਲ ਹੁੰਦਾ, ਆਪਦੇ ਆਪ ਨੂੰ ਬੰਦਾ ਰੋਜ਼ ਇੰਪਰੂਵ ਕਰਨ ਦੀ ਕੋਸ਼ਿਸ਼ ਕਰਦਾ ਅਤੇ ਮੈਂ ਉਹੀ ਕੋਸ਼ਿਸ਼ ਪਿਛਲੇ ਇੰਨੇ ਸਾਲਾਂ ਤੋਂ ਕਰ ਰਹੀ ਹਾਂ, ਕਿਸੇ ਨਾਲ ਮੁਕਾਬਲਾ ਨਹੀਂ। ਕੰਪੇਨ ਨੂੰ ਲੈ ਕੇ ਸਵਾਲ ਹੋਏਗਾ, ਸਵੇਰੇ ਕੰਪੇਨ ਕਿੰਨੇ ਕੁ ਸ਼ੁਰੂ ਹੋ ਜਾਂਦੀ ਹੈ ਅਤੇ ਰਾਤ ਨੂੰ ਕਿੰਨੇ ਵਜੇ ਤੱਕ ਕੰਪੇਨ ਲਗਾਤਾਰ ਚੱਲਦੀ ਹੈ, ਕਿਉਂਕਿ ਦਿਨ ਬਹੁਤ ਨਜ਼ਦੀਕ ਹੈ?
ਦੇਖੋ ਅੱਜ ਥੋੜ੍ਹੀ ਜਿਹੀ ਲੇਟ ਹੋ ਗਈ ਸੀ ਕੈਂਪੇਨ, ਬਿਕੋਜ਼ ਘਰੇ ਕਾਫੀ ਕੁਛ ਮੀਟਿੰਗਸ ਔਰ ਇਹ ਕੁਛ ਚੱਲ ਰਿਹਾ ਸੀ, ਪਰ ਜਨਰਲੀ ਮੇਰਾ ਕੈਂਪੇਨ 7:30 ਸਟਾਰਟ ਹੋ ਜਾਂਦੀ ਹੈ ਔਰ ਰਾਤ ਦੇ 12:30 ਅਕਸਰ ਵੱਜ ਜਾਂਦੇ ਹੈ। ਠੀਕ ਹੈ, ਤਾਂ ਖਾਸ ਤੌਰ 'ਤੇ ਕਹਿ ਸਕਦੇ ਕਿ ਸਵੇਰੇ 7 ਵਜੇ ਕੰਪੇਨ ਸ਼ੁਰੂ ਹੋ ਜਾਂਦੀ ਹੈ ਅਤੇ ਰਾਤ ਦੇ 12 ਵਜੇ ਤੱਕ ਇਸੇ ਤਰੀਕੇ ਦੇ ਨਾਲ ਕੰਪੇਨ ਖਾਸ ਤੌਰ 'ਤੇ ਚੱਲਦੀ ਰਹਿੰਦੀ ਹੈ, ਅਤੇ ਜਿੱਥੇ ਲੋਕਾਂ ਦੇ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ, ਏਜੰਡੇ ਦੱਸੇ ਜਾ ਰਹੇ ਨੇ, ਤਾਂ ਉੱਥੇ ਕਹਿ ਸਕਦੇ ਪੂਰਾ ਪਰਿਵਾਰ ਵੀ ਇਸ ਸਮੇਂ ਚੋਣ ਪ੍ਰਚਾਰ ਦੇ ਵਿੱਚ ਲੱਗਿਆ ਹੋਇਆ। ਸਿੰਘ ਰਾਜਾ ਵੜਿੰਗ ਹੋਰਾਂ ਦਾ ਚੋਣ ਪ੍ਰਚਾਰ ਜ਼ੋਰਾਂ ਸ਼ੋਰਾਂ 'ਤੇ ਚੱਲ ਰਿਹਾ। ਤਕਰੀਬਨ ਸਵੇਰੇ 7 ਵਜੇ ਤੋਂ ਆਪਣੇ ਘਰ ਤੋਂ ਚੋਣ ਪ੍ਰਚਾਰ ਵਾਸਤੇ ਰਵਾਨਾ ਹੁੰਦੇ ਨੇ। ਸਵੇਰੇ ਕੁਝ ਮੀਟਿੰਗਾਂ ਕੀਤੀਆਂ ਗਈਆਂ, ਉਸ ਤੋਂ ਬਾਅਦ ਵੱਖ ਵੱਖ ਥਾਵਾਂ ਦੇ ਪਿੰਡਾਂ ਦੇ ਵਿੱਚ ਜਾ ਕੇ ਜਨ ਸਭਾ ਹੋਣ, ਡੋਰ ਟੂ ਡੋਰ ਚੋਣ ਪ੍ਰਚਾਰ ਹੋਵੇ, ਅਤੇ ਇਸ ਸਮੇਂ ਇਹ ਸ਼ਿਮਲਾਪੁਰੀ ਦੇ ਵਿੱਚ, ਲੁਧਿਆਣਾ ਦੇ ਸ਼ਿਮਲਾਪੁਰੀ ਦੇ ਵਿੱਚ ਰਾਤ ਦੇ ਸਮੇਂ 9 ਵਜੇ ਇੱਕ ਜਨ ਸਭਾ ਨੂੰ ਸੰਬੋਧਨ ਕੀਤਾ ਜਾ ਰਿਹਾ। ਤਸਵੀਰਾਂ ਦਿਖਾਵਾਂਗੇ ਤੁਹਾਨੂੰ ਅਮਰਿੰਦਰ ਸਿੰਘ ਰਾਜਾ ਵੜਿੰਗ ਹੋਰਾਂ ਵੱਲੋਂ, ਉਹ ਜਿਹੜਾ ਕਿ ਸ਼ਿਮਲਾਪੁਰੀ ਦੇ ਵਿੱਚ ਸੰਬੋਧਨ ਕੀਤਾ ਜਾ ਰਿਹਾ, ਜਿੱਥੇ ਇਹ ਆਪਣੀ ਪਾਰਟੀ ਦਾ ਏਜੰਡਾ ਲੋਕਾਂ ਦੇ ਵਿੱਚ ਜੋ ਕਹਿ ਸਕਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਲੈ ਕੇ ਇਹ ਵਿਚਰ ਰਹੇ ਨੇ, ਤਾਂ ਉੱਥੇ ਖਾਸ ਤੌਰ 'ਤੇ ਵਿਰੋਧੀ ਧਿਰਾਂ ਦੇ ਕਿਤੇ ਨਾ ਕਿਤੇ ਤੰਜ ਕੱਸਦੇ ਹੋਏ ਅਮਰਿੰਦਰ ਸਿੰਘ ਰਾਜਾ ਵੜਿੰਗ ਨਜ਼ਰ ਆ ਰਹੇ ਨੇ। ਇਹ ਭਾਜਪਾ ਸਰਕਾਰ ਦੇ 10 ਸਾਲ ਦੇ ਕਾਰਜਕਾਲ ਨੂੰ ਲੈ ਕੇ ਤੰਜ ਕੱਸਦੇ ਹੋਏ ਨਜ਼ਰ ਆ ਰਹੇ ਨੇ। ਉੱਥੇ ਕਹਿ ਸਕਦੇ ਪੰਜਾਬ ਦੇ ਵਿੱਚ ਮੌਜੂਦਾ ਸੱਤਾ ਅਤੇ ਆਮ ਆਦਮੀ ਪਾਰਟੀ ਦੇ 2 ਸਾਲ ਦੇ ਕਾਰਜਕਾਲ 'ਤੇ ਵੀ ਕਾਫੀ ਤਰ੍ਹਾਂ ਦੇ ਸਵਾਲ ਖੜ੍ਹੇ ਕਰਦੇ ਹੋਏ ਲੋਕਾਂ ਦੇ ਵਿੱਚ ਵਿਚਰਿਆ ਜਾ ਰਿਹਾ। ਇਸ ਸਮੇਂ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ, ਸਟੇਜ ਤੋਂ ਉਹ ਸੰਬੋਧਨ ਕੀਤਾ ਜਾ ਰਿਹਾ, ਅਤੇ ਸ਼ਿਮਲਾਪੁਰੀ ਦੇ ਵਿੱਚ ਇਸ ਸਮੇਂ ਜਿਹੜਾ ਕਹਿ ਸਕਦੇ ਜਨ ਸਭਾ ਨੂੰ ਸੰਬੋਧਨ ਕੀਤਾ ਜਾ ਰਿਹਾ। ਕਹਿ ਸਕਦੇ ਚੋਣਾਂ ਨਜ਼ਦੀਕ ਨੇ, ਜਿਸ ਹਿਸਾਬ ਨਾਲ ਜੋ ਤਰੀਕਾਂ ਨੇ ਉਹ ਨਜ਼ਦੀਕ ਆ ਰਹੀਆਂ ਨੇ, ਉਸ ਹਿਸਾਬ ਨਾਲ ਜੋ ਚੋਣ ਪ੍ਰਚਾਰ ਦੀ ਰਫ਼ਤਾਰ ਹੈ ਉਹ ਲਗਾਤਾਰ ਤੇਜ਼ ਹੁੰਦੀ ਹੋਈ ਨਜ਼ਰ ਆ ਰਹੀ ਹੈ। ਸਵੇਰ ਤੋਂ ਲੈ ਕੇ ਸ਼ਾਮ ਤੱਕ 12 ਤੋਂ 15 ਮੀਟਿੰਗਾਂ ਜਿਹੜੀਆਂ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਹੋਰਾਂ ਵੱਲੋਂ ਕੀਤੀਆਂ ਜਾਂਦੀਆਂ ਨੇ, ਅਤੇ ਅੱਜ ਜੋ ਇਸ ਸਮੇਂ ਮੀਟਿੰਗ ਕੀਤੀ ਜਾ ਰਹੀ ਹੈ, ਇਹ ਮੀਟਿੰਗ 6 ਵਜੇ ਜੋ ਕੀਤੀ ਜਾਣੀ ਸੀ, ਅਤੇ 3 ਘੰਟੇ ਮੀਟਿੰਗ ਲੇਟ ਚੱਲ ਰਹੀ ਹੈ, ਕਿਉਂਕਿ ਲਗਾਤਾਰ ਲੋਕਾਂ ਦੇ ਵਿੱਚ ਵਿਚਰਿਆ ਜਾ ਰਿਹਾ, ਕਾਫੀ ਸਮਾਂ ਲੋਕਾਂ ਦੇ ਵਿੱਚ ਲੰਘਾਇਆ ਜਾ ਰਿਹਾ, ਇਸ ਕਰਕੇ ਇਹ ਕਾਫੀ ਸਮਾਂ ਜਿਹੜਾ ਕਿ ਲੇਟ ਦੇਰੀ ਦੇ ਨਾਲ ਵੀ ਜਿਹੜਾ ਕਿ ਇਹ ਪ੍ਰੋਗਰਾਮ ਚੱਲ ਰਹੇ ਨੇ। ਇਸ ਤੋਂ ਬਾਅਦ ਵੀ 4 ਤੋਂ 5 ਜਗ੍ਹਾ 'ਤੇ ਜਿਹੜੀ ਕਿ ਮੀਟਿੰਗ ਹੈ ਕਹਿ ਸਕਦੇ ਹਾਂ, ਇਹ ਜੋ ਸੰਬੋਧਨ ਹੈ ਅਮਰਿੰਦਰ ਸਿੰਘ ਰਾਜਾ ਵੜਿੰਗ ਹੋਰ ਵੱਲੋਂ ਕੀਤਾ ਜਾਣਾ, ਚੋਣ ਪ੍ਰਚਾਰ ਕੀਤਾ ਜਾਣਾ, ਜਿਸ ਦੇ ਵਿੱਚ ਵੱਖ ਵੱਖ ਤਰੀਕੇ ਨੇ ਚੋਣ ਪ੍ਰਚਾਰ ਦੇ, ਜਨ ਸਭਾ ਹੋਣ, ਡੋਰ ਟੂ ਡੋਰ ਚੋਣ ਪ੍ਰਚਾਰ ਹੋਵੇ, ਇਹ ਚਾਹੇ ਕਹਿ ਸਕਦੇ ਰੋਡ ਸ਼ੋਅ ਹੋਣ, ਤਾਂ ਉਹਨਾਂ ਤਰੀਕਿਆਂ ਦੇ ਰਾਹੀਂ ਜਿਹੜਾ ਕਿ ਕਹਿ ਸਕਦੇ ਜੋ ਚੋਣ ਪ੍ਰਚਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਹੋਰਾਂ ਵੱਲੋਂ ਉਹ ਕੀਤਾ ਜਾ ਰਿਹਾ, ਅਤੇ ਦੇਰ ਰਾਤ ਕਹਿ ਸਕਦੇ 12-1 ਵਜੇ ਤੱਕ ਇਹ ਚੋਣ ਪ੍ਰਚਾਰ ਇਸੇ ਤਰੀਕੇ ਦੇ ਨਾਲ ਹੀ ਚੱਲਦਾ ਰਹੇਗਾ। ਸਵੇਰੇ 7 ਵਜੇ ਤੋਂ ਇਹ ਚੋਣ ਪ੍ਰਚਾਰ ਸ਼ੁਰੂ ਹੁੰਦਾ, ਅਤੇ ਦੇਰ ਰਾਤ ਜੋ ਕਹਿ ਸਕਦੇ 11-12 ਵਜੇ ਤੱਕ ਇਸੇ ਤਰੀਕੇ ਦੇ ਨਾਲ ਚੋਣ ਪ੍ਰਚਾਰ ਚੱਲਦਾ ਰਹਿੰਦਾ। ਅੱਜ ਸਵੇਰੇ ਜਿਸ ਸਮੇਂ ਕਹਿ ਸਕਦੇ ਚੋਣ ਪ੍ਰਚਾਰ ਦੀ ਸ਼ੁਰੂਆਤ ਹੋਈ, ਉਸ ਚੋਣ ਪ੍ਰਚਾਰ ਤੋਂ ਬਾਅਦ ਕੁਝ ਜੋ ਕਹਿ ਸਕਦੇ ਪਾਰਟੀ ਵੱਖ ਵੱਖ ਪਾਰਟੀ ਨੂੰ ਅਲਵਿਦਾ ਆ ਕੇ ਲੋਕ ਆਏ ਸਨ, ਉਹਨਾਂ ਨੂੰ ਪਾਰਟੀ ਦੇ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ ਹੋਰਾਂ ਵੱਲੋਂ ਜੁਆਇਨ ਵੀ ਕਰਾਇਆ ਗਿਆ, ਅਤੇ ਉੱਥੇ ਖਾਸ ਤੌਰ 'ਤੇ ਇਹ ਕਹਿ ਸਕਦੇ ਜੁਆਇਨਿੰਗ ਤੋਂ ਬਾਅਦ ਉਹਨਾਂ ਵਰਕਰਾਂ ਨੂੰ ਜਾਂ ਕਹਿ ਸਕਦੇ ਕੇਡਰ ਦੇ ਵਿੱਚ ਇੱਕ ਜੋਸ਼ ਵਧਾਉਣ ਦੀ ਕੋਸ਼ਿਸ਼ ਵੀ ਅਮਰਿੰਦਰ ਸਿੰਘ ਰਾਜਾ ਵੜਿੰਗ ਹੋਰਾਂ ਵੱਲੋਂ ਕੀਤੀ ਗਈ, ਤਾਂ ਕਿ ਜੋ ਆਉਣ ਵਾਲੀਆਂ ਵੋਟਾਂ ਦੇ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਆਪਣੇ ਨਾਲ ਤੋਰਿਆ ਜਾ ਸਕੇ। ਅਮਰਿੰਦਰ ਸਿੰਘ ਰਾਜਾ ਵੜਿੰਗ ਹੋਰਾਂ ਵੱਲੋਂ ਚੋਣ ਪ੍ਰਚਾਰ ਕੀਤਾ ਗਿਆ, ਉੱਥੇ ਲੋਕਾਂ ਦੀ ਪ੍ਰਤੀਕਿਰਿਆ ਵੀ ਜਾਣ ਲੈਂਦੇ ਹਾਂ, ਕਿਸ ਤਰੀਕੇ ਦੇ ਨਾਲ ਵੇਖਦੇ ਨੇ। ਸਭ ਤੋਂ ਪਹਿਲਾਂ ਬੈਂਸ ਸਾਹਿਬ ਸਾਡੇ ਨਾਲ ਮੌਜੂਦ ਨੇ। ਬੈਂਸ ਸਾਹਿਬ, ਕਿਸ ਤਰੀਕੇ ਦੇ ਨਾਲ ਦੇਖਦੇ ਹੋ ਅਮਰਿੰਦਰ ਸਿੰਘ ਰਾਜਾ ਵੜਿੰਗ ਹੋਰਾਂ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ, ਕਿਵੇਂ ਦੇ ਕੈਂਡੀਡੇਟ ਵੇਖਦੇ ਹੋ ਉਹਨਾਂ ਨੂੰ? ਰਾਜਾ ਵੜਿੰਗ ਦੇ ਨਾਲ ਮੈਂ 10 ਸਾਲ ਵਿਧਾਨ ਸਭਾ 'ਚ ਲਾਏ ਹੈ। ਉਹ ਗਰੀਬ ਦੀ ਗੱਲ ਸੁਣਦਾ ਹੈ, ਉਹ ਗਰੀਬ ਦਾ ਕੰਮ ਕਰਦਾ ਹੈ, ਅਤੇ ਬੜਾ ਇਮਾਨਦਾਰ ਆਦਮੀ ਹੈ। ਇਹੋ ਜਿਹੇ ਲੀਡਰ ਦੀ ਲੁਧਿਆਣੇ ਸ਼ਹਿਰ ਨੂੰ ਲੋੜ ਹੈ, ਤਾਂ ਕਿ ਟ੍ਰੈਫਿਕ ਦਾ, ਲੁਧਿਆਣੇ ਦੇ ਪੋਲਿਊਸ਼ਨ ਦਾ, ਲੁਧਿਆਣੇ ਵਿੱਚ ਏਮ ਲੈ ਕੇ ਆਉਣ ਦਾ,
ਉਪਰਾਲਾ ਜੇ ਕੋਈ ਕਰ ਸਕਦਾ ਤਾਂ ਰਾਜੇ ਵੜਿੰਗ ਤੋਂ ਵਧੀਆ ਕੋਈ ਉਮੀਦਵਾਰ ਨਹੀਂ ਹੋ ਸਕਦਾ। ਅਸੀਂ ਸਾਰਿਆਂ ਨੇ ਤਹੱਈਆ ਕੀਤਾ ਕਿ ਇੱਕ ਤਰਫਾ ਹੋ ਕੇ ਕਾਂਗਰਸ ਦੇ ਚੋਣ ਨਿਸ਼ਾਨ 5 ਦਾ ਬਟਨ ਦੱਬ ਕੇ ਰਾਜੇ ਵੜਿੰਗ ਨੂੰ ਲੱਖਾਂ ਦੀ ਗਿਣਤੀ ਦੇ ਫਰਕ ਨਾਲ ਜਿਤਾਵਾਂਗੇ। ਕੀ ਲੱਗਦਾ ਮੁਕਾਬਲਾ ਕਿਸੇ ਨਾਲ ਹੋਵੇਗਾ ਜਾਂ ਇਕੱਲੇ ਹੀ ਹੋਣਗੇ ਮੁਕਾਬਲੇ? ਨਹੀਂ, ਹੁਣ ਜਿਨ੍ਹਾਂ ਨਾਲ ਮੁਕਾਬਲਾ ਹੋਣਾ ਸੀ ਉਹ ਤਾਂ ਭੱਜ ਗਏ, ਉਹ ਤਾਂ ਮੈਦਾਨ ਹੀ ਛੱਡੀ ਫਿਰਦੇ ਆ, ਉਹ ਤਾਂ ਹੁਣ ਹੋਰ ਗੱਲਾਂ ਕਰਦੇ ਆ। ਮੁੱਦੇ ਦੀ ਗੱਲ ਉਹਨਾਂ ਕੋਲ ਹੈ ਨਹੀਂ ਵੀ ਉਹਨਾਂ ਨੇ 10 ਸਾਲ ਕਹਿੰਦੇ ਆ ਪ੍ਰਧਾਨ ਮੰਤਰੀ ਸਾਹਿਬ ਅਸੀਂ 10 ਸਾਲ ਰਹੇ, ਅਸੀਂ ਕਹਿੰਦੇ ਹਾਂ ਦੱਸ ਦਿਓ ਕੀ ਕੀਤਾ, ਉਹ ਹੈ ਨਹੀਂ ਉਹਨਾਂ ਕੋਲ। ਮਹਿੰਗਾਈ ਕਿੱਥੋਂ ਕਿੱਥੇ ਚਲੀ ਗਈ ਉਹਦਾ ਜਵਾਬ ਉਹਨਾਂ ਕੋਲ ਹੈ ਨਹੀਂ। ਅਤੇ ਅਸਲ 'ਚ ਪਾਰਲੀਮੈਂਟ ਦੀ ਇਲੈਕਸ਼ਨ ਮੁੱਦਿਆਂ ਦੀ ਇਲੈਕਸ਼ਨ ਹੁੰਦੀ ਹੈ, ਮੁੱਦਿਆਂ ਦੀ ਇਲੈਕਸ਼ਨ। ਉਹ ਤੁਹਾਡੇ ਤੋਂ ਜਾਣ ਲੈਣੇ ਕਿਸ ਤਰੀਕੇ ਦੇ ਨਾਲ ਵੇਖਦੇ ਹੋ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਇੱਕ ਉਮੀਦਵਾਰ ਦੇ ਵਜੋਂ ਕਿਸ ਤਰੀਕੇ ਨਾਲ? ਰਾਜਾ ਵੜਿੰਗ ਜੀ ਸਭ ਤੋਂ ਵਧੀਆ ਉਮੀਦਵਾਰ ਹੈ, ਇੱਥੇ ਵੱਡੀ ਲੀਡ ਲੈ ਕੇ ਜਿੱਤੂਗਾ। ਜਿਹੜਾ ਬੰਦਾ ਝਾੜੂ ਦੀ ਹਨੇਰੀ ਦੇ ਵਿੱਚ MLA ਗਿੱਦੜਵਾਏ ਤੋਂ ਜਿੱਤ ਸਕਦਾ ਵਾ ਤਾਂ ਉਹਦੇ ਲਈ ਲੋਕ ਸਭਾ ਦੀ ਸੀਟ ਜਿੱਤਣਾ ਕੋਈ ਵੱਡੀ ਗੱਲ ਨਹੀਂ ਹੈਗੀ। ਤਾਂ ਬਹੁਤ ਵੱਡੀ ਲੀਡ ਦੇ ਨਾਲ ਰਾਜਾ ਵੜਿੰਗ ਗੁਰੂ ਜਿੱਤ ਹਾਸਲ ਕਰੇਗਾ ਅਤੇ ਜਦੋਂ ਉਹਨਾਂ ਦੀ ਤਰਫਾ ਮੈਚ ਹੋ ਚੁੱਕਿਆ ਜੀ, ਇੱਕ ਤਰਫਾ ਲੱਗਦਾ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਖੜਦਾ ਰਾਜਾ ਵੜਿੰਗ? ਬਿਲਕੁਲ ਖੜਨਗੇ ਜੀ, ਬਿਲਕੁਲ। ਜੇ ਗਿੱਦੜਵਾਹੇ ਦੇ ਵਿੱਚ ਝਾੜੂ ਦੀ ਹਨੇਰੀ 'ਚੋਂ ਜਿੱਤ ਸਕਦੇ ਆ ਤਾਂ ਫਿਰ ਕੋਈ ਗੱਲ ਤਾਂ ਬੰਦੇ ਵਿੱਚ ਖਾਸ ਹੋਏਗੀ ਨਾ। ਜਿਹੜੇ ਮਤਲਬ ਕਿ ਜਦੋਂ ਝਾੜੂ ਦੀ ਇੰਨੀ ਹਵਾ ਸੀ ਉਸਦੇ ਵਿੱਚ ਵੀ ਉਹ ਜਿੱਤ ਚੁੱਕੇ ਆ ਤਾਂ ਕੋਈ ਤਾਂ ਗੱਲ ਹੋਏਗੀ ਨਾ ਜ਼ਰੂਰ। ਕਿਸ ਤਰੀਕੇ ਨਾਲ ਵੀਰ ਜੀ, ਇਹ ਤਾਂ ਵੋਟ ਪੈਣ ਦੀ ਗੱਲ ਆ, ਇਹ ਤਾਂ ਹੁਣ ਜਿੱਤ ਪੱਕੀ ਹੋ ਚੁੱਕੀ ਹੈ ਕਾਂਗਰਸ ਦੀ। ਇੱਥੋਂ ਲੁਧਿਆਣੇ ਦੇ ਵਿੱਚੋਂ ਰਾਜਾ ਵੜਿੰਗ ਸਾਹਿਬ ਦੀ ਸੀਟ ਬਹੁਤ ਅੱਛੀ ਲੀਡ ਨਾਲ ਸਾਰਿਆਂ ਨੂੰ ਕਹਿ ਚੁੱਕੇ ਨੇ, ਜੋਧੇ ਬਾਏ ਸਾਹਿਬ ਨਾਲ ਰਲ ਗਏ ਅਤੇ ਸਾਰਾ ਕਲੀਅਰ ਹੋ ਚੁੱਕਿਆ। ਇਹ ਤਾਂ ਹੁਣ ਸਿਰਫ ਵੋਟਾਂ ਦੀ ਗਿਣਤੀ ਆ। ਫੋਨ ਕਰਦੇ ਹੋ ਚੱਕ ਲੈਂਦੇ ਨੇ ਰਾਜਾ ਵੜਿੰਗ? ਬਿਲਕੁਲ ਸਾਹਿਬ, ਬਿਲਕੁਲ, ਜਦ ਮਰਜ਼ੀ ਇਹਨਾਂ ਨੂੰ ਫੋਨ ਕਰੋ, ਕੋਈ ਕੰਮ ਹੋਵੇ। ਮੈਂ ਕਿਹਾ ਜੀ ਗਰੀਬ ਤੋਂ ਗਰੀਬ ਬੰਦਾ ਵੀ ਇਹਨਾਂ ਨੂੰ ਫੋਨ ਕਰੇ ਤਾਂ ਉਹ ਮਿਲਦੇ ਨੇ। ਅਸੀਂ ਭਾਅ ਜੀ ਯੂਥ ਕਾਂਗਰਸ 'ਚ ਇਕੱਠੇ ਕੰਮ ਕੀਤਾ, ਬਹੁਤ ਲੰਬਾ ਸਮਾਂ ਇਹਨਾਂ ਦੇ ਨਾਲ ਅਸੀਂ ਯੂਥ ਕਾਂਗਰਸ ਦੇ ਵਿੱਚ ਰਹੇ ਹਾਂ ਅਤੇ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਹਮੇਸ਼ਾ ਇਹ ਖੜ੍ਹਦੇ ਰਹੇ ਨੇ ਅਤੇ ਉਮੀਦ ਕਰਦਾ ਜਦੋਂ ਇਹ ਮੈਂਬਰ ਪਾਰਲੀਮੈਂਟ ਬਣੇ ਤਾਂ ਇਸ ਇਲਾਕੇ 'ਚ ਬਥੇਰੇ ਕੰਮ ਹੋਣ ਵਾਲੇ ਨੇ ਜੋ ਪਹਿਲ ਦੇ ਆਧਾਰ 'ਤੇ ਕਰਨਗੇ, ਸਾਨੂੰ ਪੂਰਾ ਯਕੀਨ ਆ। ਬਹੁਤ ਅੱਛਾ ਬੰਦਾ ਜਿਹੜਾ 3 ਸਾਲ ਗਿੱਦੜਵਾਹੇ 3 ਵਾਰ ਲਗਾਤਾਰ ਗਿੱਦੜਵਾਹੇ ਜਿੱਤਿਆ, ਤੁਸੀਂ 2 ਸਾਲ ਦੀ ਕਾਇਆਕਲਪ ਦੇ ਸਕਦੇ ਹੋ, ਆਪਦੀ ਸਰਕਾਰ ਨੇ ਹਜੇ ਤੱਕ ਕੁਛ ਨਹੀਂ ਕੀਤਾ। ਗਿੱਦੜਵਾਹੇ ਦੇ ਜਿਹੜਾ ਸਕੂਲ ਸੀਗਾ ਸਰਕਾਰੀ ਸਕੂਲ, ਉਹਨੂੰ ਸਮਾਰਟ ਸਕੂਲ ਬਣਾ ਕੇ ਪੰਜਾਬ 'ਚ ਕਾਇਆਕਲਪ ਅਵਾਰਡ ਮਿਲਿਆ ਜੀ। 25 ਤੋਂ ਵੱਧ ਗਿੱਦੜਵਾਹੇ 'ਚ ਪਾਰਕਾਂ ਬਣਾਈਆਂ ਜੀ। ਦੇਖੋ ਗਿੱਦੜਵਾਹੇ ਦੇ ਲੋਕ ਇੰਨੇ ਪਾਗਲ ਤਾਂ ਹੈ ਨਹੀਂ ਜਿਨ੍ਹਾਂ ਨੇ 3 ਵਾਰੀ ਇਹਨੂੰ ਜਿਤਾਇਆ। ਅਤੇ ਦੇਖੋ ਬਾਦਲਾਂ ਦਾ ਗੜ੍ਹ ਸੀ, ਬਾਦਲਾਂ ਦੇ ਗੜ੍ਹ 'ਚੋਂ 3 ਵਾਰ ਜਿੱਤ ਕੇ ਇਸ ਵਾਰ ਝਾੜੂ ਦੀ ਹਨੇਰੀ 'ਚੋਂ ਵੀ ਸਿੱਧਾ ਵਿਧਾਨ ਸਭਾ 'ਚ ਪਹੁੰਚਿਆ ਜੀ। ਲੁਧਿਆਣਾ ਦਾ ਕੀ ਲੱਗ ਰਿਹਾ? ਲੁਧਿਆਣੇ ਦਾ ਕਹਿਣ ਦੀ ਲੋੜ ਨਹੀਂ ਬ੍ਰਦਰ, ਤੁਸੀਂ 4 ਤਰੀਕ ਨੂੰ ਰਿਜ਼ਲਟ ਤੁਹਾਡੇ ਸਾਹਮਣੇ ਆ ਜਾਣਾ। ਰਾਜਾ ਵੜਿੰਗ ਜਿੱਤ ਹਾਸਲ ਕਰਕੇ 1.5 ਲੱਖ ਦੀ ਜਿੱਤ ਹਾਸਲ ਕਰੂਗਾ ਜੀ। ਲਗਾਤਾਰ ਚੋਣ ਕੰਪੇਨ ਜ਼ੋਰਾਂ ਸ਼ੋਰਾਂ 'ਤੇ ਚੱਲ ਰਹੀ ਹੈ ਅਮਰਿੰਦਰ ਸਿੰਘ ਰਾਜਾ ਵੜਿੰਗ ਹੋਰਾਂ ਵੱਲੋਂ ਸਵੇਰ ਤੋਂ ਲੈ ਕੇ ਜਿੱਥੇ ਰਾਤ ਤੱਕ ਚੋਣ ਕੰਪੇਨ ਕੀਤੀ ਜਾ ਰਹੀ ਹੈ। ਤੁਹਾਨੂੰ ਚੋਣ ਕੰਪੇਨ ਦੀ ਇੱਕ ਇੱਕ ਮੀਟਿੰਗ ਦਿਖਾਈ, ਜਿਹਦੇ ਕਹਿ ਸਕਦੇ ਘਰ ਤੋਂ ਮੀਟਿੰਗ ਸ਼ੁਰੂ ਹੁੰਦੀ ਹੈ ਅਤੇ ਰਾਤ ਤੱਕ ਹਲਕੇ ਦੇ ਵੱਖ ਵੱਖ ਪਿੰਡਾਂ ਵੱਖ ਵੱਖ ਕਸਬਿਆਂ ਸ਼ਹਿਰਾਂ ਦੇ ਵਿੱਚ ਜਾ ਕੇ ਲਗਾਤਾਰ ਮੀਟਿੰਗ ਹੁੰਦੀਆਂ ਨੇ। ਪਰਿਵਾਰ ਇਸ ਸਮੇਂ ਕਹਿ ਸਕਦੇ ਚੋਣ ਮੈਦਾਨ ਦੇ ਵਿੱਚ ਡਟਿਆ ਹੋਇਆ, ਚੋਣ ਪ੍ਰਚਾਰ ਲਗਾਤਾਰ ਚੱਲ ਰਿਹਾ ਅਤੇ ਅੱਜ ਦੀ ਕੰਪੇਨ ਟ੍ਰੇਲ ਦੇ ਤਹਿਤ ਤੁਹਾਨੂੰ ਅਮਰਿੰਦਰ ਸਿੰਘ ਰਾਜਾ ਵੜਿੰਗ ਹੋਰਾਂ ਦਾ ਚੋਣ ਪ੍ਰਚਾਰ ਦਿਖਾਇਆ ਕਿ ਕਿਹੜੇ ਕਿਹੜੇ ਤਰੀਕਿਆਂ ਦੇ ਰਾਹੀਂ ਅਮਰਿੰਦਰ ਸਿੰਘ ਰਾਜਾ ਵੜਿੰਗ ਹੋਰਾਂ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ, ਕਿਸ ਤਰੀਕੇ ਦੇ ਨਾਲ ਆਪਣਾ ਏਜੰਡਾ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਕਿ ਜੇਕਰ ਉਹ ਇੱਥੋਂ MP ਚੁਣੇ ਜਾਂਦੇ ਨੇ ਤਾਂ ਕਿਹੜੇ ਕੰਮ ਹੋਣਗੇ ਜਿਹੜੇ ਪਹਿਲ ਦੇ ਆਧਾਰ 'ਤੇ ਹੱਲ ਹੋਣਗੇ। ਹੁਣ ਮੈਨੂੰ ਜੋ ਇਜਾਜ਼ਤ ਅਗਲੀ ਵਾਰੀ ਕਿਸੇ ਹੋਰ ਲੋਕ ਸਭਾ ਉਮੀਦਵਾਰ ਦਾ ਜੋ ਕੰਪੇਨ